ਸੂਬੇ ਦੇ ਵਿੱਚ ਜਿਹੜੀ ਫਸਲ ਦੀ ਖਰੀਦ ਪ੍ਰਕਿਰਿਆ ਹੈ, ਬੇਸ਼ੱਕ ਜਿਹੜੀ ਸਰਕਾਰੀ ਖਰੀਦ ਪ੍ਰਕਿਰਿਆ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੋਣੀ ਹੈ, ਪਰ ਮੰਡੀਆਂ ਦੇ ਵਿੱਚ ਜਿਹੜੀ ਝੋਨੇ ਦੀ ਫਸਲ ਹੈ ਉਹ ਆਉਣੀ ਸ਼ੁਰੂ ਹੋ ਗਈ ਹੈ। ਤੁਹਾਨੂੰ ਤਸਵੀਰਾਂ 'ਚ ਦਿਖਾਉਂਦੇ ਹਾਂ, ਇਸ ਵੇਲੇ ਅਸੀਂ ਕਪੂਰਥਲਾ ਦੀ ਅਨਾਜ ਮੰਡੀ 'ਚ ਖੜ੍ਹੇ ਹਾਂ। ਤੁਸੀਂ ਤਸਵੀਰਾਂ 'ਚ ਦੇਖੋਗੇ ਕਿ ਜਿਹੜੀ ਫਸਲ ਹੈ ਉਹ ਉਸਦੀ ਆਮਦ ਸ਼ੁਰੂ ਹੋ ਚੁੱਕੀ ਹੈ, ਫਸਲ ਦੀਆਂ ਢੇਰੀਆਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ, ਔਰ ਕਿਤੇ ਨਾ ਕਿਤੇ ਬੇਸ਼ੱਕ ਚਾਹੇ ਸਰਕਾਰੀ ਖਰੀਦ ਨਹੀਂ ਸ਼ੁਰੂ ਹੋਈ, ਪਰ ਮੰਡੀਆਂ ਦੇ ਵਿੱਚ ਜਿਹੜੀ ਖਰੀਦ ਪ੍ਰਕਿਰਿਆ ਨੂੰ ਲੈ ਕੇ ਇਸ ਵਾਰ ਬਹੁਤ ਸਾਰੇ ਸਵਾਲੀਆ ਨਿਸ਼ਾਨ ਨੇ। ਉਸਦਾ ਅਸਰ ਹੁਣ ਵੀ ਦਿਖਾਈ ਦੇ ਰਿਹਾ ਹੈ ਕਿ ਜਿਹੜੀਆਂ ਢੇਰੀਆਂ ਪਈਆਂ ਨੇ ਉਹਨਾਂ ਨੂੰ ਖਰੀਦਣਾ ਅਤੇ ਉਹਨਾਂ ਨੂੰ ਫਿਰ ਵੇਚਣਾ ਔਰ ਸਹੀ ਜਗ੍ਹਾ 'ਤੇ ਪਹੁੰਚਾਉਣ ਵਿੱਚ ਕਿੱਥੇ ਨਾ ਕਿੱਥੇ ਜਿਹੜੀ ਹੈ ਸਵਾਲੀਆ ਨਿਸ਼ਾਨ ਨੇ, ਸਸਪੈਂਸ ਬਰਕਰਾਰ ਹੈ। ਕਿਉਂ ਅਸਮੰਜਸ ਦੀ ਸਥਿਤੀ ਹੈ, ਕਿਉਂ ਵਾਰ ਵਾਰ ਜਿਹੜੇ ਆੜ੍ਹਤੀ ਨੇ ਉਹ ਸਰਕਾਰ ਤੋਂ ਮੰਗ ਕਰ ਰਹੇ ਨੇ, ਬੰਦ ਦਾ ਐਲਾਨ ਕਰ ਰਹੇ ਨੇ, ਕਿਉਂ ਜਿਹੜੇ ਸ਼ੈਲਰ ਵਾਲੇ ਨੇ ਉਹ ਇਸ ਵਾਰ ਸਰਕਾਰ ਦੇ ਨਾਲ ਕੰਟਰੈਕਟ ਸਰਕਾਰ ਦੀ ਏਜੰਸੀ ਨਾਲ ਕਿਉਂ ਨਹੀਂ ਕਰ ਰਹੇ, ਇਹ ਸਭ ਜਾਣਨ ਲਈ ਇਸ ਵੇਲੇ ਸਾਡੇ ਨਾਲ ਕਪੂਰਥਲਾ ਮੰਡੀ ਦੇ ਵਿੱਚ ਜਿਹੜੇ ਆੜ੍ਹਤੀ ਨੇ ਉਹ ਔਰ ਸ਼ੈਲਰ ਦੇ ਜਿਹੜੇ ਲੋਕ ਨੇ ਜਿਹੜੇ ਸ਼ੈਲਰ ਚਲਾਉਂਦੇ ਨੇ ਉਹ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਜਿਹੜੇ ਇੱਥੋਂ ਕਪੂਰਥਲਾ ਮੰਡੀ ਦੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ, ਉਹਨਾਂ ਕੋਲੋਂ ਜਾਣ ਲੈਂਦੇ ਹਾਂ। ਸਰ ਇਹ ਇਸ ਵਾਰ ਕਿਉਂਕਿ ਹਰ ਵਾਰ ਫਸਲ ਖਰੀਦੀ ਜਾਂਦੀ ਹੈ, ਹਰ ਵਾਰ ਸੀਜ਼ਨ ਆਉਂਦਾ ਹੈ, ਇਸ ਵਾਰ ਅਸਮੰਜਸ ਦੀ ਸਥਿਤੀ ਕਿਉਂ ਹੈ, ਸਵਾਲੀਆ ਨਿਸ਼ਾਨ ਕਿਉਂ ਹੈ, ਕਿਉਂ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਮੰਡੀਆਂ ਬੰਦ ਕਰ ਦਿਆਂਗੇ, ਕਿਉਂ ਇਹ ਕੀਤਾ ਜਾ ਰਿਹਾ ਕਿ ਅਸੀਂ ਖਰੀਦ ਨਹੀਂ ਕਰਾਂਗੇ, ਕਿਉਂ ਇਹ ਕਾਰਨ ਕੀ ਨੇ? ਇਸ ਵਾਰੀ ਸਾਡੀਆਂ ਆੜ੍ਹਤੀਆਂ ਦੀਆਂ ਆਪਣੀਆਂ ਸਮੱਸਿਆਵਾਂ, ਸ਼ੈਲਰ ਵਾਲਿਆਂ ਦੀਆਂ ਆਪਣੀਆਂ ਸਮੱਸਿਆਵਾਂ। ਸਾਡੀਆਂ ਮੰਗਾਂ ਜਿਹੜੀਆਂ ਸੀਗੀਆਂ, ਅਸੀਂ 28 ਤਰੀਕ ਨੂੰ ਅਸੀਂ ਮੀਟਿੰਗ ਕੀਤੀ ਸੀਗੀ ਤਲਵੰਡੀ ਭਾਈ ਕਾਲਰਾ ਜੀ ਦੀ ਅਗਵਾਈ ਹੇਠ, ਸਾਡੇ ਪੰਜਾਬ ਪ੍ਰਧਾਨ ਨੇ ਵਿਜੇ ਕਾਲਰਾ ਜੀ, ਉਹਨਾਂ ਦੀ ਅਗਵਾਈ ਹੇਠ ਅਸੀਂ ਮੀਟਿੰਗ ਉੱਥੇ ਕੀਤੀ ਸੀਗੀ। ਅਤੇ ਉਦੋਂ ਪੰਜਾਬ ਸਰਕਾਰ ਨੂੰ ਅਸੀਂ ਆਪਣੇ ਇਹਨਾਂ ਅਸੀਂ ਅਲਟੀਮੇਟਮ ਦੇ ਦਿੱਤਾ ਸੀ ਕਾਲਰਾ ਜੀ ਨੇ ਕਿ ਸਾਡੀਆਂ ਮੰਗਾਂ ਨੇ, ਜਿਨ੍ਹਾਂ 'ਚ ਪ੍ਰਮੁੱਖ ਮੰਗ ਸਾਡੀ ਹੈਗੀ ਸੀ ਕਿ ਸਾਡੀ ਜਿਹੜੀ ਤੁਸੀਂ 2019 ਦੇ ਵਿੱਚ ਜਿਹੜੀ ਸਾਡੀ ਆੜ੍ਹਤ ਨੂੰ ਫਰੀਜ਼ ਕਰਕੇ 46 ਰੁਪਏ ਕਰ ਦਿੱਤਾ ਸੀ ਉਹ ਸਾਡੀ 2.5 ਰੁਪਏ ਕੀਤੀ ਜਾਵੇ, ਕਿਉਂਕਿ ਮਹਿੰਗਾਈ ਬਹੁਤ ਹੋ ਗਈ ਹੈ 19 ਤੋਂ ਲੈ ਕੇ 24 ਤੱਕ। ਸਾਡਾ ਤੁਸੀਂ ਆਹ ਦੇਖੋ ਬਿਜਲੀ ਦੇ ਬਿੱਲ ਦੇਖ ਲਓ, ਅਤੇ ਤੁਸੀਂ ਆ ਪੱਖਿਆ ਜਿਹੜਾ 10-12-15 ਹਜ਼ਾਰ ਦਾ ਆਉਂਦਾ ਸੀ, ਆ ਕਲੀਨਰ ਜਾਂ ਪਾਵਰ ਕਲੀਨਰ ਨੇ, ਇਹ ਲੱਖ ਸਵਾ ਲੱਖ ਦੇ ਹੋ ਗਏ ਨੇ। ਮਨੀਮਾਂ ਦੀਆਂ ਤਨਖਾਹਾਂ ਸਾਡੀਆਂ ਡੇਢੀਆਂ ਹੋ ਚੁੱਕੀਆਂ, ਉਸ ਤੋਂ ਬਾਅਦ ਅਸੀਂ ਤਾਂ ਚਲੋ ਮਨੀਮਾਂ ਨੂੰ ਆਪਣੇ ਕੋਲੋਂ ਤਨਖਾਹਾਂ ਵਧਾ ਕੇ ਦਿੰਦੇ ਹੀ ਪਏ ਹਾਂ, ਪਰ ਸਾਡੀ ਆੜ੍ਹਤ ਕੋਈ ਨਹੀਂ ਵਧੀ, ਸਾਡੇ ਖਰਚੇ ਸਾਰੇ ਦੇ ਸਾਰੇ ਦੁੱਗਣੇ ਡੇਢੇ ਦੁੱਗਣੇ ਹੋ ਚੁੱਕੇ ਨੇ। ਸਾਡੀ ਪ੍ਰਮੁੱਖ ਮੰਗ ਇੱਕ ਇਹ ਸੀਗੀ, ਇੱਕ EPF ਦਾ ਪੈਸਾ ਸਾਡਾ FCI ਨੇ ਕਾਫੀ ਮੰਡੀਆਂ ਦਾ ਰੁੱਖ ਰੋਕਿਆ ਹੋਇਆ ਵਾ, ਇੱਕ ਸਾਡੀ ਉਹ ਮੇਨ ਮੰਗ ਸੀਗੀ। ਅਤੇ ਅਸੀਂ ਇਹ ਆੜ੍ਹਤੀਆਂ ਵੱਲੋਂ ਅਤੇ ਅਸੀਂ ਇਹੀ ਮੰਗਾਂ ਉਹਨਾਂ ਨੂੰ ਦੱਸੀਆਂ ਸੀਗੀਆਂ ਕਿ ਸਾਡੀਆਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ, ਅਤੇ ਇਹ 28 ਤਰੀਕ ਨੂੰ ਉਹਨਾਂ ਨੂੰ ਅਲਟੀਮੇਟਮ ਦਿੱਤਾ ਸੀਗਾ ਕਾਲਰਾ ਜੀ ਨੇ, ਨਹੀਂ ਤਾਂ ਅਸੀਂ 1 ਤਰੀਕ ਨੂੰ ਤੋਂ ਜਿਹੜੀ ਸਰਕਾਰੀ ਖਰੀਦ ਆ ਅਸੀਂ ਆੜ੍ਹਤੀਆਂ ਨੇ ਮੰਡੀਆਂ ਬੰਦ ਰੱਖਾਂਗੇ। ਤੁਸੀਂ ਇਹ ਕਹਿ ਰਹੇ ਹੋ ਕਿ ਮੰਡੀਆਂ ਬੰਦ ਰਹਿਣਗੀਆਂ, ਇਸ ਦਾ ਦੂਸਰਾ ਮਤਲਬ ਨਿਕਲਦਾ ਕਿ ਪਰਚੇਜ਼ ਨਹੀਂ ਹੋਵੇਗੀ? ਪਰਚੇਜ਼ ਸਰਕਾਰੀ ਏਜੰਸੀਆਂ ਪਰਚੇਜ਼ ਕਰਨਗੀਆਂ, ਅਸੀਂ ਕਲੀਨਿੰਗ ਨਹੀਂ ਕਰਾਂਗੇ, ਅਸੀਂ ਮਾਲ ਨਹੀਂ ਲਵਾਵਾਂਗੇ, ਸਾਡੀ ਲੇਬਰਾਂ ਨਹੀਂ ਕੰਮ ਕਰਨਗੀਆਂ, ਅਸੀਂ ਜਦੋਂ ਤੱਕ ਸਾਡੀਆਂ ਮੰਗਾਂ ਨਾ ਮੰਗੀਆਂ ਜਾਣਗੀਆਂ ਅਸੀਂ ਕੰਮ ਕਰਕੇ ਕਰਨਾ ਕਿ ਦੇਖੋ ਸਾਨੂੰ ਪੱਲਿਓਂ ਪੈਸੇ ਪੈ ਰਹੇ ਇਸ ਟਾਈਮ। ਪਿਛਲੇ ਸਾਲ ਦੇਖੋ ਸਾਡੀ ਇਕੱਲਿਆਂ ਦੀ ਇਹ ਮੰਗ ਤਾਂ ਸਾਡੀ ਜਿਹੜੀਆਂ ਮੰਗਾਂ ਇਹ ਤਾਂ ਆੜ੍ਹਤ ਦੀਆਂ ਮੰਗਾਂ ਹੈਗੀਆਂ ਹੀ ਆ, ਸ਼ੈਲਰ ਵਾਲਿਆਂ ਦੀ ਆਪਣੀਆਂ ਮੰਗਾਂ ਵਾ ਉਹ ਵੀ ਆਹ ਨੂੰ ਤਿਆਰ ਨਹੀਂ ਹੈਗੇ, ਉਹਨਾਂ ਦੇ ਐਗਰੀਮੈਂਟ ਨਹੀਂ ਹੋ ਰਹੇ ਸ਼ੈਲਰ ਵਾਲਿਆਂ ਨੂੰ, ਉਹ ਕਹਿ ਰਹੇ ਜੀ ਜਿਹੜੇ ਹਾਈਬ੍ਰਿਡ ਬੀਜ ਆ ਰਹੇ ਆ ਜਿਹੜੇ ਤੁਸੀਂ ਹੁਣ ਦੱਸੋ ਸਰਕਾਰ ਇਸ ਹਿਸਾਬ ਨਾਲ ਪੈਡੀ ਲਵਾਉਂਦੀ ਆ ਕਿ 1 ਅਕਤੂਬਰ ਤੋਂ ਪਹਿਲਾਂ ਮੰਡੀਆਂ 'ਚ ਮਾਲ ਨਾ ਆਵੇ, ਆਹ ਜਿਹੜੇ ਹਾਈਬ੍ਰਿਡ ਬੀਜ ਜਿਹੜੇ ਸਰਕਾਰ ਨੇ ਜਾਂ ਯੂਨੀਵਰਸਿਟੀ ਨੇ ਜਾਂ ਐਗਰੀਕਲਚਰ ਯੂਨੀਵਰਸਿਟੀ ਨੇ ਜਿਹੜੇ ਪਾਸ ਕੀਤੇ ਹੋਏ ਨੇ ਉਹ ਆਏ ਪਏ ਮਾਰਕੀਟ ਦੇ ਵਿੱਚ ਅੱਜ ਤੋਂ 20-25 ਦਿਨ ਪਹਿਲਾਂ ਮਾਲ ਜਿਹੜਾ ਆ ਜਾਂਦਾ ਨੇ, ਉਹਨਾਂ ਦੀ ਯੀਲਡ ਹੀ 62 ਰੁਪਏ/ਕਿਲੋ ਆਉਂਦੀ ਜੀ, ਉਹ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਹੈਗੀਆਂ ਨੇ। ਹੈ ਇੱਕ ਨਾ ਕੋਈ ਸਪੇਸ ਹੈਗੀ ਹੈ ਸਰਕਾਰ ਕੋਲ, ਪੰਜਾਬ ਸਰਕਾਰ ਕੋਲ ਰੱਖਣ ਦੀ ਤਾਂ ਉੱਦਾਂ ਹੀ ਹੈ ਨੀਗੀ, ਜਿਹੜੀ FCA ਨੂੰ ਇਹਨਾਂ 4 ਦਿਨੇ FCA ਪੂਰੇ ਗਰਾਊਂਡ ਨੱਕੋ ਨੱਕ ਭਰੇ ਹੋਏ ਨੇ, ਸ਼ੈਲਰਾਂ ਦੀ ਆਪਣੀਆਂ ਸਮੱਸਿਆਵਾਂ ਨੇ, ਇਸ ਕਰਕੇ ਉਹ ਵੀ ਆਉਣ ਨੂੰ ਤਿਆਰ ਨਹੀਂ ਹੈਗੇ।
ਕਿ ਅਸੀਂ ਮਾਲ ਭਰ ਭਰ ਕੇ ਰੱਖਾਂਗੇ ਵੀ ਕਿੱਥੇ ਜੇ ਸਾਨੂੰ ਪਹਿਲੀ ਤਰੀਕ ਤੋਂ ਬਾਅਦ ਸਾਡੀਆਂ ਮੰਗਾਂ ਮੰਨਣ ਦੇ ਬਾਵਜੂਦ ਵੀ ਸਾਡੇ ਲਈ ਬਹੁਤ ਵੱਡੀ ਪ੍ਰੋਬਲਮ ਹੈ ਜਦ ਤੱਕ ਇਹ ਸਪੇਸ ਨਹੀਂ ਇਹਨਾਂ ਦੀ ਬਣਦੀ ਹੈਗੀ। ਸ਼ੈਲਰ ਵਾਲੇ ਕੀ ਮੰਨਦੇ ਨੇ ਸਪੇਸ ਦੀ ਕਿੰਨੀ ਕੁ ਸਮੱਸਿਆ ਹੈ, ਸਪੇਸ ਦੀ ਸਮੱਸਿਆ ਪੈਦਾ ਕਿਉਂ ਹੋਈ ਇੱਕ ਸੀਜ਼ਨ ਤੋਂ ਬਾਅਦ ਦੂਸਰਾ ਸੀਜ਼ਨ ਆ ਗਿਆ, ਕਿਉਂ ਕਿੱਥੇ ਲਾਭ ਪ੍ਰਵਾਈ ਰਹੀ ਸੂਬਾ ਸਰਕਾਰ ਸੈਂਟਰ ਸਰਕਾਰ ਦਾ ਤਾਲਮੇਲ ਨਹੀਂ ਸੀ, ਹੁਣ ਸਥਿਤੀ ਕੀ ਹੈ? ਬਿਲਕੁਲ ਜੀ, ਤਾਲਮੇਲ ਤਾਂ ਇਹਨਾਂ ਦਾ ਹੈ ਹੀ ਨਹੀਂ ਸੀ, ਸਰਕਾਰ ਨੂੰ ਇਸ ਪਾਸੇ ਧਿਆਨ ਹੀ ਦਿੱਤਾ ਕਿ ਅਸੀਂ ਜਗ੍ਹਾ ਬਣਾ ਕੇ ਅਗਲੇ ਸੀਜ਼ਨ ਦੀ ਤਿਆਰੀ ਕਰੀਏ। ਸਰਕਾਰ ਦਾ ਬਿਲਕੁਲ ਇਸ ਪਾਸੇ ਧਿਆਨ ਨਹੀਂ ਸੀ, ਇੱਕ ਵੀ ਬੋਰੀ ਦੀ ਜਗ੍ਹਾ ਨਹੀਂ ਹੈਗੀ ਕਿਤੇ ਵੀ, ਅਤੇ ਜਦ ਤੱਕ ਕੋਈ ਜਗ੍ਹਾ ਨਹੀਂ ਬਣਦੀ ਅਤੇ ਮਾਲ ਲੱਗਣ ਦੇ ਆਸਾਰ ਹੀ ਨਹੀਂ ਹੈਗੇ, ਬਿਲਕੁਲ ਨਹੀਂ ਹੈਗੇ। ਕੀ ਕਰਕੇ ਲਵਾਂਗੇ ਮਾਲ, ਕਿੱਥੇ ਲਵਾਂਗੇ ਸ਼ੈਲਰਾਂ 'ਚ, ਚੌਲ ਕੱਢ ਕੇ ਦੇਵਾਂਗੇ ਕਿਹਨੂੰ? ਸਭ ਤੋਂ ਵੱਡੀ ਸਮੱਸਿਆ ਮੋਰੇ ਜਗ੍ਹਾ ਬਣੇਗੀ ਤਾਂ ਹੀ ਕੋਈ ਫੈਸਲਾ ਮਤਲਬ ਸਿਰੇ ਚੜ੍ਹਨਾ। ਇਹ ਸਮੱਸਿਆਵਾਂ ਆ ਗਈਆਂ ਤਾਂ ਇਹਦਾ ਤੁਸੀਂ ਅਸਰ ਕੀ ਦੇਖਦੇ ਹੋ ਸੂਬੇ ਦੀ ਕਿਸਾਨੀ 'ਤੇ, ਸੂਬੇ ਦੀ ਅਰਥ ਵਿਵਸਥਾ 'ਤੇ, ਜਾਂ ਸੂਬਾ ਸਰਕਾਰ 'ਤੇ, ਜਾਂ ਕੇਂਦਰ ਸਰਕਾਰ 'ਤੇ? ਦੇਖੋ, ਇਹਦੇ ਨਾਲ ਸਾਰੇ ਜਿਹੜੇ ਪ੍ਰਭਾਵਿਤ ਹੋਣੇ ਆ, ਉਹ 'ਚ ਕਿਸਾਨ ਵੀ ਪ੍ਰਭਾਵਿਤ ਹੋਣਾ, ਵਪਾਰੀ ਵਰਗ ਵੀ ਹੋਣਾ ਪ੍ਰਭਾਵਿਤ। ਇਹਦੇ ਲਈ ਸਰਕਾਰ ਦਾ ਕੋਈ ਠੋਸ ਪ੍ਰਬੰਧ ਨਹੀਂ, ਨਾ ਸੈਂਟਰ ਸਰਕਾਰ ਦਾ ਨਾ ਪੰਜਾਬ ਸਰਕਾਰ ਦਾ। ਇਹ ਸਰਕਾਰ ਜਿਹੜੀ ਆਪਦਾ ਪੈਡੀ ਦੇ ਵਿੱਚੋਂ ਹੱਥ ਖਿੱਚਣਾ ਚਾਹੁੰਦੀ ਆ, ਉਹ ਸਲਾਹੇ 'ਤੇ ਤੁਰੇ ਹੋਏ ਆ, ਜਿਹਦੇ ਲਈ ਇਹ ਕੋਈ ਪੋਲਿਸੀ ਅਡੋਪਟ ਨਹੀਂ ਕਰਦਾ ਵਧੀਆ। ਉਹਦੇ ਵਿੱਚ ਹਰੇਕ ਬੰਦੇ ਨੂੰ ਪਰੇਸ਼ਾਨ ਹੋਏ, ਬਦਲ ਜਾਂਦੇ ਆ, ਬਦਲ ਇਹ ਹੋ ਨਹੀਂ ਸਕਦਾ, ਕਿਉਂਕਿ ਪੰਜਾਬ ਇੱਕ ਸੂਬਾ ਇੱਦਾਂ ਦਾ ਵਾ, ਖੇਤੀ ਪ੍ਰਧਾਨ ਸੂਬਾ ਆ, ਇਹਦੇ 'ਚ ਖੇਤੀ ਕਣਕ ਝੋਨਾ ਮੱਕੀ ਤੋਂ ਬਿਨਾਂ ਫਸਲਾਂ ਤਾਂ ਹੁੰਦੀਆਂ ਬਾਕੀ, ਪਰ ਇਹਦੇ ਤਾਂ ਝੋਨੇ ਦਾ ਕੋਈ ਤੋੜ ਨਹੀਂ ਅਜੇ ਤਾਂ ਇਹਨਾਂ ਨੂੰ, ਜਾਂ ਸਲਿਊਸ਼ਨ ਜਾਂ ਸਲਿਊਸ਼ਨ ਇਹਦਾ ਕੱਢਣ ਵੀ ਆਹ ਅਸੀਂ ਫਸਲ ਦੇਵਾਂਗੇ ਆਹ ਬੀਜੋ, ਪਰ ਇਹਨਾਂ ਕੋਈ ਹੈ ਨਹੀਂ ਸਰਕਾਰ ਕੋਲ, ਇਸ ਪਾਸੇ ਪਹੁੰਚੀਆਂ ਨਹੀਂ, ਉਹਦੇ ਲਈ ਸਾਰਿਆਂ ਲਈ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ, ਔਰ ਇਸ ਸਾਲ ਜ਼ਿਆਦਾ ਸਮੱਸਿਆ ਹੈ। ਇਹ ਇਹੋ ਜਿਹਾ ਜਿਹੜਾ ਦੌਰ ਆਏਗਾ ਕਿ ਤੁਸੀਂ ਐਲਾਨ ਕਰ ਰਹੇ ਹੋ ਮੰਡੀਆਂ ਬੰਦ ਰਹਿਣਗੀਆਂ, ਤਾਂ ਇਹ ਬੜੇ ਵੱਡੇ ਵਖਵੇ ਤੋਂ ਬਾਅਦ ਇੱਦਾਂ ਸਥਿਤੀ ਪੈਦਾ ਹੋਈ ਹੈ, ਆੜ੍ਹਤੀ ਵੀ ਪ੍ਰਭਾਵਿਤ ਹੋਣਗੇ, ਉਹਨਾਂ ਦਾ ਵੀ ਕੰਮ ਕਾਰ ਰੁਕੇਗਾ, ਤਾਂ ਹੱਲ ਕੀ ਹੈ? ਹੱਲ ਤਾਂ ਇਹੀ ਹੈ ਜੀ, ਸਰਕਾਰ ਪਹਿਲੇ ਤਾਂ ਗੋਦਾਮਾਂ 'ਚ ਸਪੇਸ ਬਣਾਵੇ, ਉਹਦੇ ਨਾਲ ਸ਼ੈਲਰਾਂ ਵਾਲੇ ਮਾਲ ਖਰੀਦਣਗੇ, ਆਪਣੇ ਸ਼ੈਲਰ ਸਟੋਰ ਕਰਨਗੇ, ਚੌਲ ਕੱਢ ਕੇ ਲਾਉਣਗੇ ਉੱਥੇ, ਉਹਦੇ ਨਾਲ ਜ਼ਿਮੀਂਦਾਰਾਂ ਦੀ ਵੀ ਫਸਲ ਚੰਗੀ ਤਰ੍ਹਾਂ ਚੱਕੀ ਜਾਏਗੀ, ਸਭ ਦਾ ਹੱਲ ਹੋ ਜਾਏਗਾ। ਤੁਸੀਂ ਕੀ ਮੰਨਦੇ ਹੋ ਕਿ ਜੇ ਇਹੋ ਜਿਹੀ ਸਥਿਤੀ ਬਣਦੀ ਹੈ ਤਾਂ ਕੀ ਹੁਣ ਵੀ ਸਮਾਂ ਹੈ ਕੇਂਦਰ ਅਤੇ ਸੂਬਾ ਸਰਕਾਰ 'ਚ ਕੋਈ ਤਾਲਮੇਲ ਦਾ? ਜਦੋਂ ਤੁਸੀਂ ਕਹਿੰਦੇ ਸਪੇਸ ਨਹੀਂ ਹੈ, ਕਿਉਂ ਸਪੇਸ ਕੀ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ, ਸਪੇਸ ਦੀ ਸਮੱਸਿਆ ਕਿਉਂ ਆ ਗਈ? ਢੁਕਵੇਂ ਪ੍ਰਬੰਧ ਨਹੀਂ ਜੀ ਕੀਤੇ ਗਏ, ਇਹਨਾਂ ਕੋਲ ਹੱਲ ਇਹੀ ਹੈ ਜੇ ਸਪੇਸ ਹੀ ਹੋਊਗੀ ਤਾਂ ਸੈਲਰਾਂ ਵਾਲੇ ਕਹਿੰਦੇ ਅਸੀਂ ਝੋਨਾ ਚੁੱਕ ਲੈਂਦੇ ਹਾਂ, ਅਸੀਂ ਲਵਾ ਲੈਂਦੇ ਹਾਂ, ਇਹਨਾਂ ਦੇ ਇਹ ਅੱਗੇ ਉਹ ਕਹਿਣ ਦੇ ਵੀ 24 ਮਹੀਨਿਆਂ ਤੋਂ ਪਹਿਲਾਂ ਸਾਡੇ ਕੋਲ ਜਗ੍ਹਾ ਨਹੀਂ ਹੋਣੀ, ਇਹ ਝੋਨਾ ਤਾਂ ਹੋ ਜਾਣਾ ਖਰਾਬ, ਉਹ ਕਹਿੰਦੇ ਬਾਅਦ 'ਚ ਅਸੀਂ ਕਰਾਂਗੇ ਕੀ। ਗੌਰਮੈਂਟ ਨੇ ਇੰਨੇ ਕੁ ਨਵੇਂ ਕਾਨੂੰਨ ਬਣਾਏ ਆ ਵੀ ਅੱਗੇ ਸਾਨੂੰ ਪਿਛਲੇ ਸਾਲ ਹੀ ਘਾਟੇ ਬਹੁਤ ਜ਼ਿਆਦਾ ਪਏ ਆ, ਸਾਡੇ ਕੋਲ ਉਹ ਕਵਰ ਨਹੀਂ ਆਉਣ ਦੇ ਵੀ ਅਸੀਂ ਮੰਡੀਆਂ 'ਚ ਨਹੀਂ ਆਵਾਂਗੇ ਉਨਾ ਚਿਰ ਜਿੰਨਾ ਚਿਰ ਇੰਨਾ ਕੁ ਜਗ੍ਹਾ ਖਾਲੀ ਨਹੀਂ ਹੁੰਦੀ। ਗੱਲ ਤਾਂ ਸਹੀ ਹੈ ਵੀ ਲਾਉਣੇ ਵੀ ਕਿੱਥੇ ਆ ਚੌਲ, ਮੰਨਿਆ ਜਾਵੇ ਵੱਡੇ ਵੱਡੇ ਕਾਰਖਾਨੇ ਜਿਹੜੇ ਨੇ ਇਸ ਵਾਰ ਫਿਰ ਜੇ ਨਹੀਂ ਸਥਿਤੀ ਬਣੀ ਤਾਂ ਬੰਦ ਰਹਿਣਗੇ? ਬਿਲਕੁਲ ਜੀ, ਸਥਿਤੀ ਦੇ ਬੰਦ, ਸਰਕਾਰ ਦੀ ਨੀਤੀ ਇਹ ਲੱਗਦੀ ਹੈ ਕਿ ਸਾਰਾ ਕੁਝ ਬੰਦ ਹੋ ਜਾਵੇ, ਕਿਉਂਕਿ ਜਿੰਨਾ ਚੌਲ ਵਿੱਚ ਪਿਆ ਉਹ ਕਹਿੰਦੇ 2 ਸਾਲ ਇਹ 24 ਨਹੀਂ ਖਤਮ ਹੋਣਾ, ਤੇ ਜਗ੍ਹਾ ਕਿੱਥੋਂ ਬਣੇਗੀ ਤੇ ਇਹ ਝੋਨਾ ਜਿਹੜਾ ਕਿੱਥੋਂ ਚੱਕ ਹੋ ਜੂ, ਸੈਲਰ ਵਾਲਾ ਕਰੂਗੀ ਚੱਕ ਕੇ, ਇਹਨੂੰ ਕਿੱਥੇ ਸਾਂਭੂਗਾ, ਇਹਨੂੰ ਜੇ ਸਾਂਭ ਚੱਕ ਵੀ ਲਊਗਾ ਤੇ ਸਰਕਾਰ ਜਗ੍ਹਾ ਦੇਵੇ ਤੇ ਸੈਲਰ ਵਾਲੇ ਚੱਕਣ ਨੂੰ ਵੀ ਤਿਆਰ ਆ ਤੇ ਚੌਲ ਦੇਣ ਨੂੰ ਵੀ ਤਿਆਰ ਹੈ। ਤੁਸੀਂ ਸਾਰੇ ਜ਼ਿਮੀਂਦਾਰ ਹੋ, ਫਸਲ ਲੈ ਕੇ ਆਏ, ਤੁਸੀਂ ਗੱਲਾਂ ਸੁਣੀਆਂ ਨੇ ਇਸ ਬਾਰੇ ਇਹੋ ਜਿਹੀ ਸਥਿਤੀ ਬਣਦੀ ਹੈ, ਜ਼ਿਮੀਂਦਾਰ ਦੀ ਕੀ ਹਾਲਾਤ ਨੇ, ਕਿਉਂਕਿ ਉਹਨੇ ਤਾਂ ਫਸਲ ਲਾਈ ਹੋਈ, ਉਹਨੇ ਤਾਂ ਵੱਢ ਕੇ ਮੰਡੀ 'ਚ ਲਿਆਉਣੀ ਹੈ, ਤਾਂ ਉਹ ਉਹਦੇ ਕੀ ਹਾਲਾਤ ਨੇ, ਉਹ ਕੀ ਸੋਚ ਰਿਹਾ? ਸੋਚਣਾ ਕਿਆ ਵਾ, ਇਹ ਤਾਂ ਆੜ੍ਹਤੀਆਂ 'ਤੇ ਪ੍ਰਭਾਵ ਪੈਣਾ ਜ਼ਿਮੀਂਦਾਰ ਦਾ, ਜੋ ਵੀ ਜੇ ਫਸਲ ਨਾ ਚੱਕੀ ਗਈ ਮੰਡੀ 'ਚੋਂ ਤਾਂ ਜ਼ਿਮੀਂਦਾਰ ਵੀ ਪ੍ਰਭਾਵਿਤ ਹੋਊ, ਹੋਣਾ ਹੀ ਹੋਣਾ ਜੀ।
ਜ਼ਿਮੀਦਾਰ ਘਰੇ ਤਾਂ ਫਸਲ ਰੱਖਣੀ ਨਾ, ਜ਼ਿਮੀਦਾਰ ਕੋਲ ਜਗ੍ਹਾ ਹੀ ਹੁੰਦੀ ਆ ਫਸਲ ਰੱਖਣ ਨੂੰ, ਰੱਖਣ ਵਾਲੀ ਚੀਜ਼ ਨਹੀਂ ਘਰੇ, ਰੱਖਣ ਵਾਲੀ ਚੀਜ਼ ਨਹੀਂ ਘਰੇ, ਇਹ ਤਾਂ ਵੇਚਣੀ ਮੰਡੀ 'ਚ ਵਿਕੂਗੀ ਆਣ ਕੇ ਤੇ। ਇੱਕ ਜ਼ਿਮੀਦਾਰ ਪੰਜਾਬ, ਕਿਉਂਕਿ ਕਿਹਾ ਜਾਂਦਾ ਸੂਬਾ ਜਿਹੜਾ ਕ੍ਰਿਸ਼ੀ ਪ੍ਰਧਾਨ ਸੂਬਾ ਹੈ, ਖੇਤੀ ਪ੍ਰਧਾਨ ਸੂਬਾ, ਜ਼ਿਮੀਦਾਰ ਬਹੁਤ ਮਿਹਨਤ ਨਾਲ ਫਸਲ ਉਗਾਉਂਦਾ, ਤੇ ਹੁਣ ਕੀ ਮੰਗ ਕੀ ਹੈ ਫਿਰ ਸਰਕਾਰ ਤੋਂ? ਮੰਗ ਇੱਥੇ ਕਿਹਦੀ ਯਾਰ, ਸਰਕਾਰੀ ਰੇਟ ਸਾਨੂੰ ਵੇਖੀ ਜਾਵੇ, ਬਦਲ ਦਾਪੇ ਜ਼ਿਮੀਦਾਰ ਵੀ ਖੁਸ਼ਹਾਲ ਰਹੂਗਾ, ਆੜ੍ਹਤੀ ਵੀ ਖੁਸ਼ਹਾਲ, ਜਦੋਂ ਵਿਕੀ ਨਾ ਧਿਆਨ ਕੇ ਅੱਧੋ ਡੂਰ ਹੋਣੀ ਤਾਂ ਫਾਇਦਾ ਕੀ ਹੋਣਾ? ਜੇ ਮੰਡੀਆਂ ਬੰਦ ਰਹੀਆਂ ਫਿਰ ਮੰਡੀਆਂ ਬੰਦ ਰਹਿਣਗੀਆਂ, ਦਾਪੇ ਜ਼ਿਮੀਦਾਰ ਰੁਲਦਾ ਫਿਰੂਗਾ ਕਿ? ਅਖੀਰ ਦੇ ਵਿੱਚ ਤੁਹਾਡੇ ਕੋਲ ਇੱਕ ਵਾਰੀ ਫਿਰ ਸਮਝਣਾ ਚਾਹਾਂਗੇ ਕਿ ਪ੍ਰਕਿਰਿਆ ਕਿਸ ਤਰ੍ਹਾਂ ਹੁੰਦੀ ਹੈ ਔਰ ਪ੍ਰਭਾਵ ਕਿਸ ਤਰ੍ਹਾਂ ਪਏਗਾ? ਮੰਡੀ 'ਚ ਫਸਲ ਆਉਂਦੀ ਹੈ, ਫਿਰ ਉਹਦੀ ਟ੍ਰੇਡਿੰਗ ਹੁੰਦੀ ਹੈ ਜਾਂ ਉਹਨੂੰ ਪਰਚੇਜ਼ਿੰਗ ਹੁੰਦੀ ਹੈ, ਕਿਸ ਤਰ੍ਹਾਂ ਹੁੰਦਾ ਔਰ ਕੀ ਪ੍ਰਭਾਵ ਪਏਗਾ ਸਰ? ਦੇਖੋ ਜੀ, ਨੋਰਮਲੀ ਜਿਹੜੇ ਆਮ ਸੀਜ਼ਨ ਸਾਡੇ ਮੰਡੀਆਂ ਦੇ ਵਿੱਚ ਪਹਿਲੀ ਤਰੀਕ ਜਿੱਦਾਂ ਸਰਕਾਰਾਂ ਆਉਂਦੀਆਂ ਵਾ, ਪੈਡੀ ਪ੍ਰੋਕਿਓਰਮੈਂਟ ਸਰਕਾਰ ਏਜੰਸੀਆਂ ਕਰਦੀਆਂ ਨੇ, ਇੰਸਪੈਕਟਰ ਆਉਂਦੇ ਨੇ ਅਤੇ ਸ਼ੈਲਰ ਵਾਲਿਆਂ ਨੂੰ ਮਾਲ ਭੇਜ ਦਿੰਦੇ ਨੇ 17 ਮੋਸ਼ਰ ਦਾ ਪਰਚੇਜ਼ ਕਰਕੇ, ਅਤੇ ਸ਼ੈਲਰ ਵਾਲਿਆਂ ਦੀ ਦੇਖੋ ਉਦੋਂ ਤਾਂ ਅੱਜ ਤੋਂ 2 ਸਾਲ ਪਹਿਲਾਂ ਤਾਂ ਗੱਡੀਆਂ ਨਾਲ ਹੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸੀ ਪੀਣੇ ਕੋ ਬਾਅਦ, ਇਹਨਾਂ ਦੀ ਪੀਵੀ ਹੋ ਗਏ ਨਾ ਅਤੇ ਲੱਗਣੇ ਹੁਣ ਇਹ ਸਰਕਾਰਾਂ ਨੇ ਇੱਕ ਤਾਂ ਦਸੰਬਰ ਤੋਂ ਪਹਿਲਾਂ ਗੱਡੀਆਂ ਨਹੀਂ ਲਵਾਉਂਦੀਆਂ, ਜੇ ਇਹਨਾਂ ਨੇ ਸਟੋਰੇਜ ਕਰਾ ਲਈ ਉੱਥੇ, ਜੇ ਇਹਨਾਂ ਕੋਈ ਸਪੇਸ ਨਾ ਹੋਈ, ਜਿਹੜੀ ਬੇਸਿਕ ਪ੍ਰੋਬਲਮ ਜਿਹੜੀ ਹੈ ਸ਼ੈਲਰ ਵਾਲਿਆਂ ਦੀ ਜਿਹੜੀ ਉਹ ਦੱਸ ਰਹੇ ਨੇ, ਇੱਕ ਤਾਂ ਯੀਲਡ ਘੱਟੀ ਘੱਟ ਹੈ, ਇੱਕ ਜਿਹੜਾ ਜੋ ਰਾਈਸ ਕੱਢ ਕੇ ਰੱਖ ਲੈਣਾ ਜਿਹੜਾ ਉਹ ਰਾਈਸ, ਜਿਹੜਾ ਇਹਨਾਂ ਨੇ 14 ਮੋਸ਼ਰ ਦਾ ਰਾਈਸ ਲੈਂਦੇ ਆ ਸਰਕਾਰ, ਉਹ ਜਦੋਂ ਪਿਆ ਰਾਈਸ ਦੀ 12 ਮੋਸ਼ਰ ਦਾ ਰਹਿੰਦਾ, ਗਰਮੀ ਕਰਨ ਜੋ ਜਿਹਦੇ ਨਾਲ ਗਰਮੀ ਵਧੀਆ ਨਹੀਂ, ਰਾਈਸ ਹੀ 12 ਮੋਸ਼ਰ ਦਾ ਰਹਿੰਦਾ, ਜਦੋਂ 12 ਮੋਸ਼ਰ ਰਹਿ ਗਿਆ 2 ਕਿਲੋ ਤਾਂ ਉਹ ਵੀ ਘੱਟ ਗਿਆ, ਫਿਰ ਮਤਲਬ ਰੀਫਿਲਿੰਗ ਕਰਨੀ ਪੈਂਦੀ ਉਹਨਾਂ ਨੂੰ, ਉਹ ਬਹੁਤ ਵੱਡਾ ਨੁਕਸਾਨ ਆ। ਜਿੰਨੀ ਜਲਦੀ ਸਰਕਾਰ ਸ਼ੈਲਰ ਵਾਲਿਆਂ ਕੋਲ ਆਪਣੀ ਪੈੜੀ ਦੇ ਜਿਹੜੀ ਪੈੜੀ ਦਿੰਦੀ ਆ ਉਹਦੀ ਪੈੜੀ ਦੇ ਚੌਲ ਲੈ ਲਵੇ, ਉਹਦੀ ਚੀਜ਼ ਸ਼ੈਲਰ ਵਾਲਿਆਂ ਦੀ ਵੀ ਭਲਾਈ ਆ, ਮਤਲਬ ਉਹਨਾਂ ਦਾ ਵੀ ਬਚਾਅ ਆ, ਜੋ ਉਹਨਾਂ ਟਾਈਮਲੀ ਅਗਰ ਚੱਕਿਆ ਜਾਵੇ ਤਾਂ ਉਹਨਾਂ ਕੋਲ। ਪਰ ਜਿਹੜੇ ਜੇ ਸਰਕਾਰ ਕਹਿ ਰਹੀ ਹੈ ਕਿ 24 ਮਹੀਨੇ, ਮਤਲਬ ਜੇ ਉਹਨਾਂ ਨੇ ਕਿਹਾ 4-5 ਲੱਖ ਪੰਜਾਬ ਦੇ ਹਿੱਸੇ 4-5 ਲੱਖ ਮੀਟ੍ਰਿਕ ਟਨ ਕਿੱਥੇ ਲੱਗੂਗਾ, ਪੈੜੀ ਕਿੱਥੇ ਲੱਗੂਗੀ, ਉਹ ਸਾਰੀ ਜਗ੍ਹਾ ਹੀ ਹੈਨੀ ਕਿਤੇ। ਇਸ ਕਰਕੇ ਬੜੀ ਵੱਡੀ ਪ੍ਰੋਬਲਮ ਹੈ ਜੀ ਇਹ ਜਿਹੜਾ ਹੈਗਾ, ਇਸ ਮਜਮ ਦੀ ਸਥਿਤੀ ਰਹਿਣੀ ਹੈ ਸਰ। ਸੋ ਤੁਸੀਂ ਖੁਦ ਸੁਣਿਆ ਹੈ ਕਿ ਸੂਬਾ ਸਾਡਾ ਖੇਤੀ ਪ੍ਰਧਾਨ ਹੈ, ਲੇਕਿਨ ਇਸ ਵਾਰ ਖਰੀਦ ਪ੍ਰਕਿਰਿਆ ਔਰ ਫਸਲ ਦੀ ਖਰੀਦ ਪ੍ਰਕਿਰਿਆ ਨੂੰ ਲੈ ਕੇ ਕਿੱਥੇ ਨਾ ਕਿੱਥੇ ਸੰਸ਼ਾ ਦੀ ਸਥਿਤੀ ਹੈ, ਸਮੰਜਸ ਦੀ ਸਥਿਤੀ ਹੈ, ਔਰ ਇਸ ਨਾਲ ਜੁੜੇ ਹੋਏ ਵੱਖ ਵੱਖ ਜਿਹੜੇ ਟ੍ਰੇਡ ਨੇ, ਚਾਹੇ ਆੜ੍ਹਤੀ ਨੇ ਚਾਹੇ ਸ਼ੈਲਰ ਨੇ, ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਵਾਰ ਕੰਮ ਬੰਦ ਕਰਨ ਤੱਕ ਦਾ ਐਲਾਨ ਕਰ ਚੁੱਕੇ ਨੇ। ਅਸੀਂ ਇਹ ਉਮੀਦ ਕਰਦੇ ਹਾਂ ਕਿ ਕੇਂਦਰ ਅਤੇ ਸੂਬਾ ਸਰਕਾਰ ਦੇ ਤਾਲਮੇਲ ਦੇ ਨਾਲ ਇਹ ਜਿਹੜੀ ਸਮੱਸਿਆ 1 ਅਕਤੂਬਰ ਤੋਂ ਪਹਿਲਾਂ ਹੱਲ ਹੋਵੇਗੀ, ਅਤੇ ਸਾਡਾ ਜਿਹੜਾ ਕਿਸਾਨ ਹੈ ਜਿਹੜਾ ਮਿਹਨਤ ਦੇ ਨਾਲ ਆਪਣੀ ਖੇਤਾਂ ਵਿੱਚ ਫਸਲ ਉਗਾ ਕੇ ਆਉਂਦਾ ਹੈ, ਉਹ ਹਰ ਵਾਰੀ ਤਰ੍ਹਾਂ ਖੁਸ਼ੀ ਖੁਸ਼ੀ ਆਪਣੀ ਫਸਲ ਵੇਚ ਕੇ ਔਰ ਉਸਦੇ ਵਾਜੋ ਪੈਸੇ ਵੱਟ ਕੇ ਆਪਣੇ ਘਰ ਪਹੁੰਚੇਗਾ। ਕਪੂਰਥਲਾ ਤੋਂ ਕੈਮਰਾਮੈਨ ਪ੍ਰਮੋਦ ਦੇ ਨਾਲ ਸੰਦੀਪ ਓਬਰੋਏ, ਨਿਊਜ਼ 18 ਨੈੱਟਵਰਕ, ਕਪੂਰਥਲਾ।